ਸਫ਼ਰ ਤਾਂ ਮੈਂ ਵਾਕਿਆ ਕੀਤਾ ਮਗਰ ਰੋਟੀ ਮੈਂ ਖਾਧੀ ਵਾ ਜੇ ਹੋ ਸਕੇ ਤਾਂ ਇੱਕ ਪਿਆਲਾ ਚਾਹ ਦਾ ਬਣਵਾ ਚਾ ਮਿਲ ਬਲੋ ਵੀ ਚਾਹ ਬਣਾ ਲਿਆ ਮੇਰੇ ਕੋਲ ਤਾਂ ਨੀ ਆਇਓ ਇਹ ਗੱਲ ਤਾਂ ਮੈਂ ਦੱਸ ਇਹ ਜਿਹੜੀ ਮੇਰੇ ਮੂੰਹ ਤੇ ਆਖੀ ਵੈਂਦੀ ਏ ਚਾਹ ਨਹੀਂ ਬਣਦੀ ਤੇ ਇਹਦਾ ਮਤਲਬ ਹੈ ਤੂੰ ਇਸ ਤੋਂ ਡਰਨਾ ਬਿਲਕੁਲ ਸਾਰ ਜਿੰਦੀ ਕਿੱਦਾਂ ਲੱਗ ਤੇ ਗੁਜ਼ਾਰੀ ਏ ਥੁੱਕ ਕਈ ਹੋਰ ਕੁਝ ਨੀ ਹਾਂ ਆਪਣੀਆਂ ਮੁੱਛਾਂ ਵੇਖੀਆਂ ਨੀ ਹੈ ਜਿਵੇਂ ਗੱਦੇ ਤੋਂ ਸਾਰ ਲੱਗੀ ਕਿਹੜੀਆਂ ਬੜੀਆਂ ਨੀ ਮੁੱਛਾਂ ਨਾ ਵੇਖ ਦਿਲ ਦੀ ਵੇਖ ਦਿਲ ਦੀ ਸੋਚ ਉਹ ਮੇਰੀ ਗੱਲ ਸੁਣ ਤੂੰ ਇੱਕ ਵਾਰੀ ਇਹ ਆਵੇ ਨਾ ਹਾਂ ਇੱਕ ਵਾਰੀ ਤੈਨੂੰ ਥਪੜਾ ਚਾ ਨਾ ਜੇ ਤੂੰ ਤੇ ਪ੍ਰੈਸ਼ਰ ਪਾ ਇਹ ਤਾਂ ਠੀਕ ਹੁੰਦੀਆਂ ਨੇ ਇੰਜ ਨਹੀਂ ਮੈਂ ਕਿਵੇਂ ਥਪੜਾਵਾਂ ਮੇਰਾ ਸਾਰ ਦਿਨ ਕਿਤੇ ਲੱਗ ਤੇ ਗੁਜ਼ਾਰੀ ਹੋ ਗਈ ਮੋਰ ਤੈਨੂੰ ਮੈਂ ਦੱਸੇ ਨਾ ਹੋਰ ਕੁਝ ਹੀ ਨਹੀਂ ਹੁੰਦਾ ਅੱਛਾ ਫਿਲਮਾਂ ਦੇ ਦੋ ਬਿਲਕੁਲ ਹਾਂ ਬਿਲਕੁਲ ਕੋਈ ਫਿਲਮ ਵਾਲਾ ਸੀਨ ਕਰ ਹਾਂ ਨਾ ਫਿਲਮ ਹੀ ਤਾਂ ਵੇਖਦਾ ਕਿਵੇਂ ਕਰਦਾ ਤੂੰ ਕੋਈ ਫਿਲਮ ਵਾਲਾ ਸੀਨ ਕਰ ਤੇ ਆਪੇ ਸਿੱਟੀ ਹੋਈ ਪਈ ਡਰ ਤਾਂ ਲੱਗ ਸੀ ਮੈਨੂੰ ਮਰਨ ਦਾ ਬਾਅਦ ਨਹੀਂ ਚਕਲ ਬਸ ਟਕੜਾ ਹੀ ਹੋਣਾ ਕੋਈ ਦਿਲ ਨੂੰ ਟਕੜਾ ਕਰ ਠੀਕ ਆ ਮੈਂ ਠੀਕ ਹੈ ਠੀਕ ਹਾਂ ਬਤਾ ਜੀ ਇਹ ਕਰਨਾ ਤਾਂ ਵਤ ਵੇਖ ਤੂੰ ਸਵਾਦ ਆਉਂਦਾ ਅੱਜ ਬਸ਼ੀ ਦੇ ਗੋਟੂ ਦੀ ਮੰਨ ਅੱਛਾ ਇਹ ਤੇਰੀ ਜੁੱਤੀਆਂ ਚਾਹੀਦੀ ਹੋਵੇ ਤਾਂ ਮੈਨੂੰ ਆਖੇ ਆਉ ਕਰ ਟਾਈਮ ਨਾਲ ਅੱਛਾ ਜੁੱਤੀ ਟਾਈਮ ਨਾਲ ਰੋਟੀ ਟਾਈਮ ਨਾਲ ਹਾਂ ਤੂੰ ਮੰਜੀ ਤੇ ਬਾਹਰ ਕਦੋਂ ਆ ਕਰ ਆ ਮੈਂ ਡੇ ਤੁਹਾਨੂੰ ਅੱਜ ਸਾਨੂੰ ਇੰਜ ਅਗਰ ਬਸ਼ੀ ਦਾ ਗੋਟੂ ਇੱਥੇ ਦਿਲ ਤੇ ਦਿਲ ਟਕੜਾ ਕਰ ਠੀਕ ਆ ਮੈਂ ਡੇ ਹੁਣ ਠੀਕ ਹੈ ਨਾ ਠੀਕ ਹੈ ਹਾਂ ਆ ਮੈਂ ਡੇ ਲੇਕਿਨ ਪਾਣੀ ਮੈਂ ਤੈਨੂੰ ਚਾਹ ਕੇ ਤੂੰ ਪਾਣੀ ਲੈ ਤੇ ਆ ਗਈ ਅੱਗੇ ਤਾਂ ਕਦੇ ਨੀ ਭੜਕੇ ਆਈ ਅੱਗੇ ਤਾਂ ਕਦੇ ਨੀ ਗੁੱਸਾ ਹੁੰਦਾ ਇਹਨੂੰ ਕਿਹ ਭੜਕਾਇਆ ਹੈ ਪਿਆ ਸਮਝ ਨੀ ਆਉਂਦੀ ਕਿ ਕਿਹ ਭੜਕਾਇਆ ਚਲੋ ਬੋਲੇ ਸੀ ਤਾਂ ਸਹੀ ਮੈਂ ਪਤਾ ਕਰ ਲਵਾਂ ਤਾਂ ਵੈਸਾ ਜਾਣਾ ਕੈਂਸਲ ਪਹਿਲੇ ਤੂੰ ਪੁੱਛਾਂ ਉਸ ਤੋਂ ਬਾਅਦ ਜਾ ਸਾਂ ਜਾਂ ਮੇਰੇ ਨਾਲ ਮੌਕਾ